جس کو عالم سے سجدہ کرایا گیا ہے مجھے دوست اس محل کی قسم اس کی ملکہ کی خاطر بنایا گیا جو نہ آتی یہاں مادر مرتضی جو نہ آتی یہاں مادر مرتضی گھر خدا کا تو ویرہ کبیرہ پردہ پہ آشا فرمایا میڈا دہڑی لاندا سب کا جوانی ہے پک بندہ جوانی ہے ہندا انشاءاللہ سوائے ہم میں حسین نے تو سہول کوئی نہ مارے جس جوان نو ان لفظات تے نہیں رو بنانا اللہ جانے اس رو بنا کدا ہے سب کا جوانی ہے علی اکبر دا مالک جنہاں نو پوت دتے نہیں نہ زندگی دار گھر بیٹھ نشا فرمایا میڈا دہڑی لگا او ذرا یوریا پتر جوان رات دہویں دی دھم بھی پی شبیر ٹردا ٹردا بھیڑ دے کولا گیا دے زینب رات دھام پئی ہے آلاں دا رات دھام پئی ہے دوت جگا میرے بلال حسین زندگی دی آخری اذان سناوے بسم اللہ بسم اللہ قبلا جناب اکبر اٹھ امام آدم لال اٹھی زندگی دی آخری اذان تیری اذان نبی سن سین انبیاء سن سین میری بھیڑا سن سین اکبر دا بابا تیرا بھرا وی اذان سنیں سارا نبی وی اذان سنیں تیرے بھرا وی سنیں بھیڑا سنیں تے میرے حصے دے پائے امام آدم اکبر دے اذان میں امام ہو کے وعدہ کرے نا تیری بھیڑ مدینے جلان سن سے بسم اللہ ذہن ملا عبادت کر اکبر گل دستا اعلان تے آیا چار دفعہ کہ سو اللہ اکبر اس دے بعد دو دفعہ کہ سا شہد لا الہ الا اللہ سین زینب ہر مزدور نو جگا کے آدھیے جاگو میرے بچڑے دی اذان سن کیڈی سونی اذان پیا دے دے تیری اذان دے وچ سن آباد رہے آباد رہے بسم اللہ اس دے بعد دو دفعہ کہ اشھاد ان محمد رسول اللہ اللہ بھا میں بستے رہو قبلا شبیر نے با جماعت نماز پڑھائی امام مدن اکبر لال وانی پھوپیاں نو مل آواز آندا بابا میں پھوپیاں نال ودا کر رہا ہے آواز آندا کس ٹائم ہو میرا سونا بچا بابا تو سا دوجے خیمیا جائے میں گیا چاچا با سے کرسی گھیرنا ہے آلائی اکبر لا آ تو کرسی تے بو میں زمین تے بنا امام آدم اکبر لا لے ادب دے خلاف آواز آندا بابا چاچے آکھیا اے نا تینوں زینب دا پلوڑا سمجھ کے کرسی دتی ہے اللہ بھاوے بستے رہو اللہ بھاوے بستے رہو کرسی واسطے پیا دینا تو محمد بن کے کرسی دبا
ਰਾਜ਼ੀ ਨੇ ਭਾਈ ਸ਼ਲਾ ਸਿਵਾਏ ਗਮੇ ਹੁਸੈਨ ਦੇ ਤੁਸਾਂ ਹੋਰ ਕੋਈ ਕੰਮ ਨਾ ਵੇਖੋ। ਆਵਾਜ਼ ਆਂਦਾ ਅਕਬਰ ਲਾਲ ਇਹ ਦੱਸਾ ਤੇਰੀ ਸੱਕੀ ਮਾਂ ਕੌਣ। ਅਕਬਰ ਆਂਦਾ ਬਾਬਾ ਚਾਚਾ ਮੇਰੀ ਸੱਕੀ ਮਾਂ ਦਾ ਸੈਣ ਲੈ ਨਾ ਜਨਾਬੇ ਅੱਬਾਸ। ਅਕਬਰ ਉਹ ਤੇਰੀ ਫੁੱਫੀ ਏ ਤੇਰੇ ਪਾਲਣ ਵਾਲੀ ਮਾਂ ਸੱਕੀ ਮਾਂ ਦਾ ਲੈ ਲਾਏ ਵੰਨ ਮਿਲਾ। ਅਕਬਰ ਆਂਦਾ ਮੈਂ ਕੁਰ ਉੱਥਾਂ ਆ ਜਿੱਥਾ ਸੈਣ ਬੈਠੀ ਆਈ ਕਰੀਬ ਆ ਗਿਆ ਦਾ ਅਕਬਰ ਮਿਲਣ ਆਏ ਬੀਬੀ ਚਾਦਰ ਦਾ ਇਸ਼ਾਰਾ ਕਰ ਗਿਆ ਦੀ ਭੁੱਲ ਗਿਆ ਤੇਰੀ ਮਾਂ ਜ਼ੈਨਬ ਦਾ ਖੈਮਾ ਅਗਲਾ। ਆਵਾਜ਼ ਆਂਦਾ ਅੰਮਾ ਚਾਚੇ ਅੱਬਾਸ ਦੱਸਿਆ ਉਹ ਮੇਰੇ ਬਾਲਣ ਵਾਲੀ ਮਾਂ ਏ ਮੇਰੀ ਸੱਕੀ ਮਾਂ ਦਾ ਤੂੰ ਏ ਦੁਆ ਦੇ ਹੱਥ ਬੁਲੰਦ ਕਰਕੇ ਆ ਦੀ ਮੇਰਾ ਅੱਲਾ ਸ਼ਾਲਾ ਫਜ਼ਲ ਸ਼ਾਲਾ ਫਜ਼ਲ ਦੀ ਹਯਾਤੀ ਹੋਵੇ ਬਿਸਮਿਲਾ ਬਿਸਮਿਲਾ ਸ਼ਾਲਾ ਸਿਵਾਏ ਗਮੇ ਹੁਸੈਨ ਦੇ ਤੁਸਾਂ ਹੋਰ ਕੋਈ ਕੰਮ ਨਾ ਵੇਖ। ਆਵਾਜ਼ ਆਂਦਾ ਅਕਬਰ ਲਾਲ ਆ ਮਾਂ ਦੀ ਝੋਲੀ ਏ ਜਵਾ। ਅਕਬਰ ਆਂਦਾ ਅੰਮਾ ਝੋਲੀਆਂ ਹੀ ਤਾਂ ਮਾਸੂਮ ਬੱਚੇ ਬਣ। ਆਵਾਜ਼ ਆਂਦਾ ਜਵਾਨ ਤਮਾ ਜ਼ੈਨਬ ਵਾਸਤੇ ਮੇਰੇ ਵਾਸਤੇ ਤਾਜ ਜਮਿਆ ਏ ਆ ਮਾਂ ਦੀ ਝੋਲੀ ਏ ਜਵਾ। ਬਿਸਮਿਲਲਾ 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 ਆ ਮਾਂ ਦੀ ਝੋਲੀ ਏ ਜਵਾ। ਕਿਵਲਾਉਣ ਇਤਨੀ ਮੁੱਦਤ ਦੇ ਬਾਅਦ ਪੁੱਤਰ ਪਿਆ ਮਿਲਦਾ ਹੱਥ ਤਾਂ ਬਣਦਾ ਮੇਰੀ ਸੈਣ ਹੱਥ ਚੁੰਮਿਆ ਮੂੰਹ ਚੁੰਮਿਆ ਸਰ ਚੁੰਮਿਆ ਬੀਬੀ ਆਦੀ ਅਕਬਰ ਸੀਨੇ ਦੇ ਵੱਟਣ ਖੋਲ ਮੈਂ ਤੇਰਾ ਸੀਨਾ ਚੁੰਮਣਾ ਹੈ। ਅਕਬਰ ਆ ਲੈ ਮੈਂ ਇਸ ਮੁੱਦਤ ਦੇ ਬਾਅਦ ਮਿਲਿਆ ਮੇਰਾ ਮੂੰਹ ਕਿਉਂ ਨਹੀਂ ਕੀਤਾ। ਆਵਾਜ਼ ਆਉਂਦਾ ਉੱਜੜ ਮੰਜਾ ਜੈਨੂੰ 18 ਸਾਲ ਸੈਨਾ ਬੁਰਕੇ ਚ ਪਲੇਦੀ ਰਹੀ ਹੈ ਉਹਦੇ ਸੀਨੇ ਚ ਬਰਛੀ ਦਾ ਫਲ ਲੱਗਣਾ ਹੈ। ਸੈਨ ਰਾਜ਼ੀ ਨੇ ਭਾਈ ਸ਼ਾਲਾ ਸਿਵਾਏ ਗਮੇ ਹੁਸੈਨ ਦੇ ਤੁਸਾਂ ਹੋਰ ਕੋਈ ਕੰਮ ਨਾ ਵੇਖੋ। ਅੱਲਾ ਭਾਵੇਂ ਵਸਦੇ ਰਹੋ ਛੋੜ ਦਿੱਤੀ ਹੈ ਸਾਰੀ ਗੱਲ ਇੱਕ ਜੁਮਲਾ ਪੜਨਾ ਚਾਹਾਂ ਮੈਦਾਨ ਚ ਆਇਆ ਮੈਂ ਪੜ ਛੋੜਿਆ ਤਾਂ ਸੁਣ ਛੋੜਿਆ ਬੜੇ ਸੋਹਣੇ ਅੰਦਾਜ਼ ਨਾਲ ਜੰਗ ਪਿਆ ਕਰ। ਜਿਹੜੇ ਵੇਲੇ ਕਿਬਲਾ ਅਕਬਰ ਨੇ ਜ਼ਮੀਨ ਛੋੜੀ ਏ ਸਤਵੀਂ ਕਨਾਲ ਦਾ ਲੜ ਹਲ ਗਿਆ ਮੇਰੀ ਸੈਣ ਦੀ ਆਵਾਜ਼ ਆਉਂਦੀ ਹੈ ਹੁਸੈਨ ਕਿਆ ਹੋਇਆ। ਆਵਾਜ਼ ਆਉਂਦਾ ਬੀਬੀ ਅਕਬਰ ਜੀ ਤੂੰ ਲੈ ਗਿਆ ਹੈ ਬੀਬੀ ਆਦੀ ਹੈ ਜਲਦੀ ਮੈਦਾਨ ਚ ਜਾਓ ਮੈਂ ਅੱਗੇ ਕਾਸਮ ਦੀ ਮੌਤ ਦੀ ਲੁੱਟੀ ਹੋਈ ਆ ਪੱਤਾ ਮੇਰੇ ਲਾਲ ਦੀ ਲਾਸ਼ ਤੇ ਥੋੜੇ ਨਾ ਭਾਜੋ ਵਸਤੇ ਰਹੋ ਲਬਾਵੇ। ਸੈਣ ਰਾਜੂ ਨੇ ਭਾਈ ਅਲਾਮਾ ਸਾਹਿਬ ਬੈਠੇ ਬਜ਼ੁਰਗਾਂ ਕੋਲੋਂ ਸੁਣਿਆ ਕਿ ਇਮਾਮ ਨੇ ਕਿਬਲਾ ਕੋਲੀਆਂ ਦੇ ਬਾਹਰ ਸਫ਼ਰ ਕਰਨਾ ਸ਼ੁਰੂ ਕੀਤਾ। ਇਮਾਮ ਮੈਦਾਨ ਚ ਹੱਕਲ ਮਾਰ ਗਿਆ ਦੇ ਅਕਬਰ ਲਾਲ ਬਾਬੇ ਦੀ ਕਮਰ ਟੁੱਟ ਗਈ ਹੈ ਬਿਸਮਿਲਲਾ। ਸੈਨ ਰਾਜ਼ੀ ਨੇ ਭਾਈ ਇੱਕ ਕਿਬਲਾ ਫਕੀਰ ਹੈ ਜਿਹੜਾ ਸਾਰੇ ਚ ਕਾਸਾ ਮਾਰ ਕੇ ਰੋਂਦਾ ਬੈਠਾ ਇਮਾਮ ਗਰੀਬ ਆਦਨ ਜ਼ਈਫ ਇਹ ਦੱਸਾ ਤੂੰ ਕੋਈ ਜਵਾਨ ਮਰਾ ਹੈ। ਆਵਾਜ਼ ਆਉਂਦਾ ਨਹੀਂ ਅਗਰ ਇਹੋ ਜਿਹਾ ਮੇਰਾ ਪੁੱਤਰ ਹੋਇਆ ਮੇਰੀ ਨਸਲ ਮੁੱਕ ਬੰਜਿਆ ਮੈਂ ਮੈਦਾਨ ਵਿੱਚ ਨਾ ਖੁੱਲਾ। ਸਹੀ ਆਦਾ ਦਾ ਕੋ ਜਵਾਨ ਦੀ ਗੱਲ ਨਿਸ਼ਾਨੀ ਯਾਦ ਆਦਾ ਬਿਸਮਿਲਲਾ ਰਹਿਮਾਨ ਰਹੀਮ ਸਮਾਦ ਘੋੜੇ ਦਾ ਸਵਾਰ ਹੈ। ਸਹੀ ਆਦਾ ਦਾ ਕੋਈ ਹੋਰ ਨਿਸ਼ਾਨੀ ਆਦਾ ਸਖੀ ਦਾ ਡਾ ਜਿਹੜੇ ਵੇਲੇ ਮੈਂ ਆਖਿਆ ਜਵਾਨ ਮੈਨੂੰ ਚਿਹਰੇ ਦੀ ਜ਼ਿਆਰਤ ਕਰਾ ਜਿਹੜੇ ਵੇਲੇ ਅਠਾਰਵਾਂ ਨੂੰ ਕਾਬ ਲਹਾਇਆ ਮੈਨੂੰ ਮਦੀਨੇ ਵਾਲਾ ਮੁਹੰਮਦ ਨਜ਼ਰ ਆਉਂਦਾ ਆਈ। ਆਵਾਜ਼ ਇੱਕ ਹੋਰ ਨਿਸ਼ਾ ਆਦਾ ਅੱਲਾ ਜਾਣੇ ਸੁਬਰਾ ਕੇ ਲੱਗਦੀ ਹੈ ਜਿਸ ਵੇਲੇ ਜਾਨ ਤੂੰ ਫਾਰਗ ਹੁੰਦਾ ਏ ਕੁੱਚੇ ਜੇ ਡਿੱਬੇ ਤੇ ਚੜ ਵੈਂਦਾ ਏ ਅੱਕਲ ਮਾਰ ਕੇ ਆਉਂਦਾ ਏ ਸੁਬਰਾ ਅਕਬਰ ਲਾਲ
ਹਾਲ ਕਰਬਲਾ ਦਾ ਗਰੀਬ ਬਾਬਾ ਮਿਲਣ ਆਇਆ। ਅਕਬਰ ਨੇ ਬੜੀ ਮੁਸ਼ਕਿਲ ਦੇ ਨਾਲ ਇੱਕ ਹੱਥ ਕੱਢਿਆ ਕਦਮਾਂ ਤੇ ਰੱਖੇ। ਇਮਾਮ ਆਦਿਲ ਅੱਜ ਪਤਾ ਲੱਗ ਗਿਆ ਗਰੀਬ ਸਮਝ ਕੇ ਤੱਕ ਦੀ ਉਪਈ ਆਵਾਜ਼ ਆਂਦਾ ਬਾਬਾ ਮੇਰੇ ਸੀਨੇ ਚ ਜ਼ੁਲਮ ਦਾ ਸਮਾਨ ਕਮੀ ਨੇ ਜਾਣ ਤੇ ਬਰਛੀ ਮਾਰੀ ਆਈ ਆਦਾਈ ਸੁਦਾਰਾ ਨਾ ਹੁਸੈਨ ਬੜਾ ਸਾਹਿਬ ਹੁਣ ਵੇਖ ਸਕ ਜਵਾਨ ਪੁੱਤ ਦੇ ਸੀਨੇ ਚ ਬਰਛੀ ਦਾ ਫਲ ਕਿਵੇਂ ਛਿਕਦਾ ਹੈ। ਅਕਬਰ ਦਾ ਬਾਬਾ ਮੇਰੇ ਦਮ ਮੁਕਦੇ ਵਜਨ ਤੈ ਵਾਦਾ ਕੀਤਾ ਈ ਮੈਨੂੰ ਭੇੜ ਮਿਲਾ ਕਿਲਾ ਇਮਾਮ ਨੇ ਦੋ ਅਗਲੀ ਦਰਾਜ਼ ਕੀਤੀ ਬਿਸਮਿਲਲਾ ਅਕਬਰ ਨੇ ਪਿੱਛਾ ਆਵਾਜ਼ ਆਂਦਾ ਬਾਬਾ ਮੈਨੂੰ ਮੇਰੀ ਭੇੜ ਨਜ਼ਰ ਨਹੀਂ ਪਈ ਆਵਾਜ਼ ਆਂਦਾ ਉੱਠਾ ਦੇ ਜਿੱਥੇ ਟੁਰਦੇ ਵੇਲੇ ਪੈਰਾਂ ਦੇ ਨਿਸ਼ਾਨ ਲਾਇਆ ਆਵਾਜ਼ ਆਂਦਾ ਬਾਬਾ ਉੱਠਾ ਹੀ ਕੋਈ ਨਹੀਂ ਆਵਾਜ਼ ਆਂਦਾ ਉੱਠਾ ਦੇ ਮੱਤਾਂ ਨਾਨਕ ਦੀ ਮਜ਼ਾਰ ਤੇ ਚਰਾਗ ਜਲਾਵਣ ਗਈ ਹੋਵੀ ਕਿਬਲਾ ਇੱਕ ਮਿੰਟ ਨਹੀਂ ਗੁਜ਼ਰਿਆ ਆਵਾਜ਼ ਆਂਦਾ ਬਾਬਾ ਇਮਾਮਾ ਦਾ ਵਸਦਾ ਹੀ ਹੱਥ ਡਾਲਾ ਮਦੀਨਾ ਉਧਰ ਕਰ ਛੋੜ